this South Asian Media Group, Y Media. ਮੀਡੀਆ ਗਰੁੱਪ ਤੋਂ ਤੁਹਾਡੇ ਸਾਰਿਆਂ ਦਾ ਹੈਡਲਾਈਨਸ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ। ਸਭ ਤੋਂ ਪਹਿਲਾਂ ਗੱਲਬਾਤ ਕਰਨ ਦੇ ਆ ਉਸ ਖਬਰ ਦੀ ਜਿਹੜੀ ਕਿ ਕੱਲ ਅਸੀਂ ਬ੍ਰੇਕਿੰਗ ਨਿਊਜ਼ ਕੱਲ ਦੁਪਹਿਰ 2 ਵਜੇ ਤੁਹਾਡੇ ਨਾਲ ਸ਼ੇਅਰ ਕੀਤੀ ਸੀਗੀ, ਜਸਟ ਇਨ ਕੇਸ ਜੇ ਤੁਹਾਨੂੰ ਨਹੀਂ ਪਤਾ ਕਿਉਂਕਿ ਖਬਰ ਕਾਫੀ ਜ਼ਿਆਦਾ ਇੰਪੋਰਟੈਂਟ ਹੈ, ਉਹਦੀਆਂ ਕੁਝ ਡਿਟੇਲਸ ਅਸੀਂ ਦੁਬਾਰਾ ਤੋਂ ਸ਼ੇਅਰ ਕਰ ਰਹੇ ਹਾਂ। ਜ਼ਿਆਦਾ ਡਿਟੇਲਸ ਅਸੀਂ ਕੱਲ ਚੈਨਲ ਵਾਈ ਦੇ ਉੱਤੇ ਸ਼ੇਅਰ ਕਰ ਦਿੱਤੀਆਂ ਸੀ। ਮਾਮਲਾ ਹੈਗਾ ਕਿ ਸਾਡੇ ਬ੍ਰੈਂਪਟਨ, ਮਿਸਿਸਾਗਾ ਔਰ ਕੈਲੇਡਨ ਪੰਜ ਸ਼ੂਟਿੰਗ ਦੀਆਂ ਅਲੱਗ ਅਲੱਗ ਵਾਰਦਾਤਾਂ ਹੋਈਆਂ, ਲੇਕਿਨ ਪੁਲਿਸ ਨੇ ਕੱਲ ਦਸਿਆ ਕਿ ਜਿਹੜੀਆਂ ਪੰਜ ਸ਼ੂਟਿੰਗ ਦੀਆਂ ਵਾਰਦਾਤਾਂ ਸੀਗੀਆਂ ਇਹ ਸਾਰੀਆਂ ਸ਼ੂਟਿੰਗ ਦੀਆਂ ਵਾਰਦਾਤਾਂ ਆਪਸ ਦੇ ਵਿੱਚ ਕਨੈਕਟਡ ਸੀਗੀਆਂ। ਸੋ ਮਲਟੀਪਲ ਸ਼ੂਟਿੰਗ ਦੀਆਂ ਵਾਰਦਾਤਾਂ ਪੰਜ ਔਰ ਮਲਟੀਪਲ ਸਸਪੈਕਟ ਨੇ, ਅਲੱਗ ਅਲੱਗ ਗੱਡੀਆਂ ਦਾ ਵੀ ਇਸਤੇਮਾਲ ਹੋਇਆ ਹੈਗਾ, ਅਲੱਗ ਅਲੱਗ ਜਗ੍ਹਾ ਤੇ ਸ਼ੂਟਿੰਗ ਦੀਆਂ ਵਾਰਦਾਤਾਂ ਨੇ, ਬਟ ਜਿਹੜੇ ਸਸਪੈਕਟਸ ਨੇ ਜਿਨ੍ਹਾਂ ਦੀ ਪੁਲਿਸ ਨੂੰ ਤਲਾਸ਼ ਹੈ ਉਹ ਆਪਸ ਦੇ ਵਿੱਚ ਕਨੈਕਟਡ ਨੇ। ਇਸ ਕਾਰਨ ਪੁਲਿਸ ਨੇ ਖਾਸ ਪ੍ਰੈਸ ਕਾਨਫਰੰਸ ਕਰਕੇ ਸਾਰੀ ਜਾਣਕਾਰੀ ਦਿੱਤੀ ਹੈ। ਔਰ ਇੱਥੇ ਇਹ ਵੀ ਗੱਲ ਜ਼ਿਕਰਯੋਗ ਹੈ ਕਿ ਇਹ ਜਿਹੜੀਆਂ ਅਲੱਗ ਅਲੱਗ ਸ਼ੂਟਿੰਗ ਦੀਆਂ ਵਾਰਦਾਤਾਂ ਜਿਹੜੀਆਂ ਅਸੀਂ ਤੁਹਾਨੂੰ ਦੱਸ ਰਹੇ ਹਾਂ ਉਹਦੀ ਡਿਟੇਲ ਰਿਪੋਰਟ, ਤਸਵੀਰਾਂ ਸਹਿਤ, ਵੀਡੀਓ ਸਹਿਤ ਸਾਰੀ ਅਸੀਂ ਕੱਲ ਚੈਨਲ ਵਾਈ ਦੇ ਉੱਤੇ ਬ੍ਰਾਡਕਾਸਟ ਕਰ ਚੁੱਕੇ ਹਾਂ ਔਰ ਇਸ ਵੀਕਐਂਡ ਅਸੀਂ ਲਗਾਤਾਰ ਇਹ ਰਿਪੋਰਟ ਤੁਹਾਡੇ ਲਈ ਚੈਨਲ ਵਾਈ ਤੇ ਦਵਾਂਗੇ। ਬਰੀਫ ਚ ਮੈਂ ਤੁਹਾਨੂੰ ਦੱਸਵਾਂ ਕੀ ਕਿਹਾ ਪੁਲਿਸ ਨੇ। ਪੁਲਿਸ ਨੇ ਦੱਸਿਆ ਕਿ ਸਭ ਤੋਂ ਪਹਿਲਾਂ 7 ਨਵੰਬਰ 2023 ਨੂੰ ਇੱਕ ਸ਼ੂਟਿੰਗ ਦੀ ਵਾਰਦਾਤ ਜਿਹੜੀ ਹੋਈ ਹੈ ਉਹ ਕੋਟਰੇਲ ਬੁਲੇਵਾਰਡ ਔਰ ਥੌਨਡੇਲ ਰੋਡ ਦੀ ਇੰਟਰਸੈਕਸ਼ਨ ਦੇ ਨੇੜੇ ਬ੍ਰੈਂਪਟਨ ਵਿੱਚ ਹੋਈ ਹੈ। ਤਸਵੀਰਾਂ ਔਰ ਵੀਡੀਓਜ਼ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜਿਹਦੇ ਵਿੱਚ ਕਿ ਤੁਸੀਂ ਦੇਖ ਸਕਦੇ ਹੋ ਕਿ ਦੋ ਸਸਪੈਕਟ ਜਿਹੜੇ ਨੇ ਇਹਨਾਂ ਨੇ ਆ ਕੇ ਘਰ ਦੇ ਬਾਹਰ ਗੋਲੀਆਂ ਚਲਾਈਆਂ ਨੇ। ਉਸ ਤੋਂ ਬਾਅਦ ਉਹ ਜਿਹੜੀ ਰਾਈਟ ਸਾਈਡ ਦੇ ਉੱਤੇ ਤੁਹਾਨੂੰ ਕਾਲੇ ਰੰਗ ਦੀ ਡੌਜ ਰੈਮ 1500 ਦਿਖਾ ਰਿਹਾ, ਇਸ ਪਿਕਅਪ ਟਰੱਕ ਦੇ ਵਿੱਚ ਇਹ ਦੋ ਜਣੇ ਫਿਰ ਫਰਾਰ ਹੋ ਗਏ ਨੇ। ਆ ਦੋ ਜਣੇ ਨੇ, ਇਹ ਬ੍ਰੈਂਪਟਨ ਦੇ ਵਿੱਚ ਪਹਿਲੀ ਸ਼ੂਟਿੰਗ ਦੀ ਵਾਰਦਾਤ ਹੋਈ ਹੈ 7 ਨਵੰਬਰ ਨੂੰ। 11 ਨਵੰਬਰ ਨੂੰ ਇਸੇ ਤਰ੍ਹਾਂ ਫੇਰ ਦੁਬਾਰਾ ਇੱਕ ਸ਼ੂਟਿੰਗ ਦੀ ਵਾਰਦਾਤ ਹੁੰਦੀ ਹੈ ਲੌਨਵਿਲ ਡਰਾਈਵ ਔਰ ਐਲਬਰਟ। ਬਿਗੇਸਟ ਸਾਊਥ ਏਸ਼ੀਅਨ ਮੀਡੀਆ ਗਰੁੱਪ, ਵਾਈ ਮੀਡੀਆ।